ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਮੈਂ ਫੋਰੈਸਟ ਗਾਰਡ ਦਾ ਜੋ ਪ੍ਰੀਵੀਅਸ ਪੇਪਰ ਹੋਇਆ ਸੀ ਉਸਦੇ ਕੁਐਸਚਨ ਤੁਹਾਨੂੰ ਕਰਵਾਉਂਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬਾ ਦਿਓ ਤੇ ਵੀਡੀਓ ਨੂੰ ਜਤੋਂ ਜ਼ਿਆਦਾ ਸ਼ੇਅਰ ਕਰਿਓ ਇਸ ਚੈਨਲ ਦੇ ਉੱਤੇ ਫੋਰੈਸਟ ਗਾਰਡ ਦੇ ਪੇਪਰ ਦੀ ਤਿਆਰੀ ਬਿਲਕੁਲ ਫ੍ਰੀ ਦੇ ਵਿੱਚ ਕਰਵਾ ਰਹੇ ਹਾਂ ਠੀਕ ਹੈ ਚਲੋ ਆਪਾਂ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਫਰਸਟ ਕੁਐਸਚਨ ਹੈ ਚੁੰਨੇ ਦੇ ਪਾਣੀ ਵਿੱਚ ਚੁੰਨੇ ਦੇ ਪਾਣੀ ਦੇ ਘੋਲ ਵਿੱਚੋਂ CO2 ਲੰਘਾਉਣ ਤੇ ਇਸ ਦਾ ਰੰਗ ਬਦਲ ਕੇ ਕਿਹੋ ਜਿਹਾ ਹੋ ਜਾਂਦਾ ਹੈ ਤੁਸੀਂ ਆਪ ਟ੍ਰਾਈ ਕਰੋ ਆਨਸਰ ਦੇਣ ਦੀ ਪਹਿਲਾਂ ਠੀਕ ਹੈ ਨਾਲ ਦੀ ਨਾਲ ਸਹੀ ਆਨਸਰ ਮੈਂ ਦੱਸੀ ਜਾਣੇ ਆ ਇਸ ਦਾ ਰਾਈਟ ਆਨਸਰ ਆਪਣੇ ਕੋਲ ਹੋ ਜਾਏਗਾ ਦੁੱਧਿਆ ਦੁੱਧਿਆ ਰੰਗ ਹੋ ਜਾਂਦਾ ਹੈ ਚੁੰਨੇ ਦੇ ਪਾਣੀ ਦੇ ਘੋਲ ਵਿੱਚ CO2 ਲੰਘਾਉਣ ਤੇ ਠੀਕ ਹੈ ਨੈਕਸਟ ਕੁਐਸਚਨ ਭਾਰਤ ਵਿੱਚ ਭਾਰਤੀ ਬਨਜੀਵ ਸੁਰੱਖਿਆ ਐਕਟ ਕਦੋਂ ਲਾਗੂ ਕੀਤਾ ਗਿਆ? ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ। ਕਦੋਂ ਲਾਗੂ ਕੀਤਾ ਗਿਆ? ਯਾਦ ਰੱਖਿਓ ਤਰੀਕ 1972 ਨੂੰ ਬਨਜੀਵੀ ਸੁਰੱਖਿਆ ਐਕਟ ਹੈ ਜਿਹੜਾ ਉਹ ਲਾਗੂ ਕੀਤਾ ਗਿਆ ਸੀ। ਅਗਲਾ ਕੁਐਸਚਨ ਹੈ, ਉਦੇ ਦੇ ਕਿਹੜੇ ਹਾਰਮੋਨ ਦੇ ਕਾਰਨ ਸੈੱਲ ਵਿਭਾਜਿਤ ਹੁੰਦੇ ਹਨ? ਕਾਫੀ ਇੰਪੋਰਟੈਂਟ ਕੁਐਸਚਨ ਹੈ ਵੀ ਦੁਬਾਰਾ ਫੇਰ ਰਿਪੀਟ ਹੋ ਸਕਦਾ ਹੈ। ਰਾਈਟ ਆਨਸਰ ਹੋ ਜਾਏਗਾ অপਸ਼ਨ A ਨੈਕਸਟ ਕੁਐਸ਼ਨ ਪੰਜਾਬੀ ਔਰਤਾਂ ਦੁਆਰਾ ਪਾਈ ਜਾਂਦੀ ਪੋਸ਼ਾਕ ਦਾ ਨਾਮ ਦੱਸੋ ਕਿਹੜੀ ਫੇਮਸ ਪੋਸ਼ਾਕ ਪੰਜਾਬੀ ਔਰਤਾਂ ਦੁਆਰਾ ਪਾਈ ਜਾਂਦੀ ਹੈ ਇਸਦਾ ਆਨਸਰ ਬਣੇਗਾ ਪਟਿਆਲਾ ਸੂਟ ਠੀਕ ਹੈ ਨੈਕਸਟ ਕੁਐਸ਼ਨ ਦੂਜੇ ਵਿਸ਼ਵ ਜੁੱਧ ਵਿੱਚ ਜਾਪਾਨ ਨੇ ਕਿਹੜੇ ਦੋ ਦੇਸ਼ਾਂ ਵਿੱਚ ਪਹਿਲੇ ਦੋ ਪਰਮਾਣੂ ਬੰਬ ਸੁੱਟੇ ਸਨ ਸੋਰੀ ਕਿਹੜੇ ਦੋ ਸ਼ਹਿਰਾਂ ਵਿੱਚ ਆ ਇਹ ਕਿਹੜੇ ਦੋ ਸ਼ਹਿਰਾਂ ਤੇ ਸੁੱਟੇ ਸਨ ਬੰਬ ਹਿਰੋਸ਼ਿਮਾ ਹਿਰੋਸ਼ਿਮਾ ਤੇ ਨਾਗਾਸਾਕੀ ਆਪਸ਼ਨ A ਰਾਈਟ ਆਨਸਰ ਹੋ ਜਾਏਗਾ ਠੀਕ ਹੈ ਯਾਦ ਰੱਖਿਓ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ ਵੀ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਵਿੱਚ ਪ੍ਰਮਾਣੂ ਬੰਬ ਸੁੱਟੇ ਸੀ ਨੈਕਸਟ ਕੁਐਸਚਨ ਆਪਣੇ ਕੋਲ ਫੈਸਿਓ ਡੀ ਕੰਬੈਟ ਕੰਬੈਟਿਮੈਂਟੋ ਦੀ ਸਥਾਪਨਾ ਕਿਸ ਸਾਲ ਵਿੱਚ ਹੋਈ ਸੀ অপਸ਼ਨ ਤੁਹਾਡੇ ਸਾਹਮਣੇ ਆ ਦੇਖ ਲਓ ਇਸ ਦਾ ਰਾਈਟ ਆਨਸਰ ਹੋ ਜਾਏਗਾ 1919 ਦੇ ਵਿੱਚ ਯਾਦ ਰੱਖਿਓ ਠੀਕ ਹੈ ਨੈਕਸਟ ਕੁਐਸਚਨ ਆਪਣੇ ਕੋਲ ਸੰਤੋਖ ਸਰ ਸਰੋਵਰ ਕਿੱਥੇ ਸਥਿਤ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ ਸੰਤੋਖ ਸਰ ਸਰੋਵਰ ਕਿੱਥੇ ਸਥਿਤ ਹੈ ਇਸ ਦਾ ਸਹੀ ਉੱਤਰ ਹੋ ਜਾਏਗਾ ਅੰਮ੍ਰਿਤਸਰ ਦੇ ਵਿੱਚ ਸੰਤੋਖ ਸਰ ਸਰੋਵਰ ਅੰਮ੍ਰਿਤਸਰ ਦੇ ਵਿੱਚ ਹੈ ਅਗਲਾ ਕੁਐਸਚਨ ਹੈ ਪਾਰਤ ਪਾਕਿਸਤਾਨ ਦੇ ਵਟਵਾਰੇ ਤੋਂ ਪਹਿਲਾਂ ਕਿਹੜਾ ਸ਼ਹਿਰ ਪੰਜਾਬ ਦੀ ਰਾਜਧਾਨੀ ਸੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਵੀ ਸਾਰਿਆਂ ਨੂੰ ਇਸ ਦਾ ਆਨਸਰ ਪਤਾ ਹੀ ਹੋਣਾ ਸਾਡਾ ਕੁਐਸਚਨ ਹੈ ਰਾਈਟ ਆਨਸਰ ਹੋ ਜੇਗਾ ਇਸ ਦਾ ਲਾਹੌਰ অপਸ਼ਨ ਡੀ ਵਟਵਾਰੇ ਤੋਂ ਪਹਿਲਾਂ ਲਾਹੌਰ ਰਾਜਧਾਨੀ ਸੀ ਨੈਕਸਟ ਕੁਐਸਚਨ ਹੈ 13 April 1992 ਨੂੰ ਮਾਨਸਾ ਜ਼ਿਲ੍ਹੇ ਦੀ ਸਥਾਪਨਾ ਕਿਹੜੇ ਜ਼ਿਲ੍ਹੇ ਤੋਂ ਹੋਈ ਸੀ ਕਿਹੜੇ ਜ਼ਿਲ੍ਹੇ ਤੋਂ ਹੋਈ ਸੀ ਸਹੀ ਉੱਤਰ ਹੋ ਜੇਗਾ ਬਠਿੰਡਾ ਬਠਿੰਡੇ ਤੋਂ ਮਾਨਸਾ ਜ਼ਿਲ੍ਹਾ ਬਣਿਆ ਸੀ ਲੇਟੈਸਟ ਜਿਹੜਾ ਨਵਾਂ ਜ਼ਿਲ੍ਹਾ ਬਣਿਆ ਹੈ ਉਹ ਬਣਿਆ ਹੈ ਮਲੇਰਕੋਟਲਾ ਠੀਕ ਹੈ ਉਹ ਕਿਹੜੇ ਜ਼ਿਲ੍ਹੇ ਤੋਂ ਬਣਿਆ ਹੈ ਸੰਗਰੂਰ ਤੋਂ ਠੀਕ ਹੈ ਇਹ ਕੁਐਸਚਨ ਵੀ ਯਾਦ ਰੱਖਿਓ ਨੀਮਨ ਵਿੱਚੋਂ ਕਿਹੜੀ ਗ੍ਰੰਥੀ ਨੂੰ ਐਡੋਕ੍ਰਾਈਨ ਅਤੇ ਐਕਸੋਕ੍ਰਾਈਨ ਗ੍ਰੰਥੀ ਦੇ ਰੂਪ ਵਿੱਚ ਕੰਮ ਕਰਨ ਲਈ ਜਾਣਿਆ ਜਾਂਦਾ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ ਪਾਚਕ ਗਰੰਥੀ ਆਪਸ਼ਨ ਹੈ ਸੀ ਨੈਕਸਟ ਕੁਐਸਚਨ ਬਾਬਾ ਸ਼ੇਖ ਫਰੀਦ ਆਗਮਨ ਦਿਵਸ ਕਿੱਥੇ ਮਨਾਇਆ ਜਾਂਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਆ ਦੇਖੋ ਰਾਈਟ ਆਨਸਰ ਹੋ ਜਾਏਗਾ ਫਰੀਦਕੋਟ ਆਪਸ਼ਨ ਏ ਨੈਕਸਟ ਕੁਐਸਚਨ ਕਿਹੜਾ ਹਾਰਮੋਨ ਹੰਗਾਮੀ ਸਥਿਤੀਆਂ ਦਾ ਸਾਹਮਣਾ ਕਰਨ ਵਿੱਚ ਸਰੀਰ ਦੀ ਮਦਦ ਕਰਦਾ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ A ਐਡਰੇਨਾਲੀਨ ਠੀਕ ਹੈ অপਸ਼ਨ A ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਆਪਣੇ ਕੋਲ ਧਰਤੀ ਦੀ ਪੱਪੜੀ ਜਾਂ ਉਪਰੀ ਤਹਿ ਤੇ ਸਭ ਤੋਂ odic ਪਾਈ ਜਾਣ ਵਾਲੀ ਧਾਤ ਕਿਹੜੀ ਹੈ ਕਿਹੜੀ ਧਾਤ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ? ਐਲੂਮੀਨੀਅਮ ਠੀਕ ਹੈ? ਐਲੂਮੀਨੀਅਮ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਉੱਪਰੀ ਤਾਇ ਦੇ ਉੱਤੇ। ਠੀਕ ਹੈ? ਨੈਕਸਟ ਕੁਐਸਚਨ ਪੰਜਾਬ ਦਾ ਪਰਦੇਸੀ ਜਾਨਵਰ ਕਿਹੜਾ ਹੈ? ਪੰਜਾਬ ਰਾਜ ਦਾ ਜਿਹੜਾ ਪਰਦੇਸੀ ਜਾਨਵਰ ਹੈ ਉਹ ਕਿਹੜਾ ਹੈ? ਮਤਲਬ ਕਿ ਰਾਜ ਜਾਨਵਰ ਕਾਲਾ ਹਿਰਨ ਠੀਕ ਹੈ ਬਲੈਕ ਬੱਕ ਯਾਦ ਰੱਖਿਓ ਜਰਮਨੀ ਨੇ ਬਿਨਾ ਸ਼ਰਤ ਸਮਰਪਣ ਤੇ ਹਸਤਾਖਰ ਕਦੋਂ ਕੀਤੇ ਸਨ ਜਿਸ ਨਾਲ ਦੂਜੇ ਵਿਸ਼ਵ ਯੁੱਧ ਦੇ ਯੂਰਪੀ ਸੰਘਰਸ਼ ਦਾ ਅੰਤ ਹੋਇਆ ਸਈ ਉੱਤਰ ਮਈ 1945 ਆਪਸ਼ਨ ਏ ਪੰਜਾਬ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਹਨ ਕੁੱਲ ਕਿੰਨੇ ਜ਼ਿਲ੍ਹੇ ਆ ਪੰਜਾਬ ਦੇ ਵਿੱਚ ਸਾਰੇ ਜਣੇ ਕਮੈਂਟ ਕਰਕੇ ਫਟਾਫਟ ਦੱਸੋ ਇਸ ਦਾ ਆਨਸਰ ਠੀਕ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਸਹੀ ਆਨਸਰ ਕਾਫੀ ਸਾਨ ਕੁਐਸਚਨ ਹੈ ਤੇ ਨਵਾਂ ਜ਼ਿਲ੍ਹਾ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਕਿਹੜਾ ਬਣਿਆ ਕਿਹੜੇ ਜ਼ਿਲ੍ਹੇ ਤੋਂ ਬਣਿਆ ਠੀਕ ਹੈ ਅਮਰਤਸਰ ਪੰਜਾਬ ਵਿੱਚ ਜੱਲਿਆਂ ਵਾਲੇ ਬਾਗ ਦਾ ਕਤਲੇਆਮ ਕਦੋਂ ਹੋਇਆ ਕਦੋਂ ਹੋਇਆ ਸੀ ਅਮਰitsar ਦੇ ਵਿੱਚ ਜਲਿਆਂਵਾਲਾ ਬਾਗ ਹੈ ਜੋ ਉੱਥੇ ਜੋ ਕਤਲੇਆਮ ਹੋਇਆ ਸੀ ਉਹ ਕਦੋਂ ਹੋਇਆ ਸੀ 13 ਅਪ੍ਰੈਲ 1919 ਨੂੰ অপਸ਼ਨ ਸੀ ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਹੈ ਮਹਾਤਮਾ ਗਾਂਧੀ ਦਾ ਜਨਮ ਕਦੋਂ ਹੋਇਆ ਸੀ 2 ਅਕਤੂਬਰ ਦਾ ਸਭ ਨੂੰ ਪਤਾ ਹੀ ਹੈ ਠੀਕ ਹੈ ਪਰ ਕਿਹੜੇ ਸਨ ਦੇ ਵਿੱਚ ਹੋਇਆ ਸੀ 1869 ਦੇ ਵਿੱਚ ਹੋਇਆ ਸੀ ਮਹਾਤਮਾ ਗਾਂਧੀ ਦਾ ਜਨਮ ਨੈਕਸਟ ਕੁਐਸਚਨ ਕਾਫੀ ਇੰਪੋਰਟੈਂਟ ਕੁਐਸਚਨ ਹੈ ਬੰਗਾਲ ਦੀ ਵੰਡ ਕਦੋਂ ਹੋਈ ਸੀ ਬੰਗਾਲ ਦੀ ਵੰਡ ਕਦੋਂ ਹੋਈ ਸੀ ਰਾਈਟ ਆਨਸਰ ਹੋ ਜਾਏਗਾ 1905 ਦੇ ਵਿੱਚ ਬੰਗਾਲ ਦੀ ਵੰਡ ਹੋਈ ਸੀ ਨੈਕਸਟ ਕੁਐਸਚਨ ਸਿੱਖ ਧam ਰਾਜ ਕਿਸ ਨੇ ਬਣਾਇਆ ਸਿੱਖ ਸਾਮਰਾਜ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ ਤੇ ਆਖਰੀ ਸਿੱਖ ਸ਼ਾਸਕ ਕੌਣ ਸੀ ਮਹਾਰਾਜਾ ਦਲੀਪ ਸਿੰਘ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ ਸੀ ਠੀਕ ਹੈ ਸੋ ਇਹ ਕੁਐਸਚਨ ਵੀ ਕਾਫੀ ਵਾਰ ਆ ਚੁੱਕਾ ਹੈ ਕਿ ਆਖਰੀ ਸਿੱਖ ਸ਼ਾਸਕ ਕੌਣ ਸੀ ਨੈਕਸਟ ਕੁਐਸਚਨ ਹੈ ਚਾਲਕ ਦੇ ਪ੍ਰਤੀਰੋਧ ਦੇ ਪਰਸਪਰ ਸਬੰਧ ਨੂੰ ਕੀ ਕਿਹਾ ਜਾਂਦਾ ਹੈ ਰਾਈਟ ਆਨਸਰ ਹੋ ਜਾਏਗਾ ਚਾਲਕਤਾ অপਸ਼ਨ A ਚਾਲਕਤਾ ਨੈਕਸਟ ਕੁਐਸ਼ਨ ਹੈ ਜੰਗਲਾਂ ਦੀ ਕਟਾਈ ਕਰਕੇ ਅਤੇ ਜਲਾ ਕੇ ਉਸ ਥਾਂ ਤੇ ਖੇਤੀਬਾੜੀ ਕਰਨ ਨੂੰ ਹਿਮਾਲਿਆਨ ਖੇਤਰ ਵਿੱਚ ਕਿਸ ਥਾਨ ਕੀ ਸਥਾਨ ਕੀ ਨਾਮ ਨਾਲ ਜਾਣਿਆ ਜਾਂਦਾ ਹੈ ਸਹੀ ਉੱਤਰ ਹੋ ਜਾਏਗਾ ਇਸ ਦਾ ਬੇਵਾਰ ਠੀਕ ਹੈ ਯਾਦ ਰੱਖਿਓ ਬੇਵਾਰ 110 वोल्ट ਦੀ ਬੈਟਰੀ ਇੱਕ ਬੱਲਬ ਨੂੰ 2200 ਓਮਸ ਜਾਂ ਓਮ ਦੇ ਅਪਰੋਧ ਨਾਲ ਪਾਵਰ ਸਪਲਾਈ ਕਰਦੀ ਹੈ। ਬੱਲਬ ਦੇ ਅੰਦਰੋਂ ਕਿੰਨਾ ਕਰੰਟ ਪ੍ਰਵਾਹ ਪ੍ਰਵਾਹਿਤ ਹੁੰਦਾ ਹੈ? ਕਿੰਨਾ ਕਰੰਟ ਪ੍ਰਵਾਹਿਤ ਹੁੰਦਾ ਏ? 0.5 ਐਂਪੀਅਰਸ ਠੀਕ ਹੈ। ਇਸ ਦਾ ਰਾਈਟ ਆਨਸਰ ਹੋ ਜਾਏਗਾ। ਨੈਕਸਟ ਕੁਐਸਚਨ ਗਿਆਨ ਪੀਠ ਇਨਾਮ ਪ੍ਰਾਪਤ ਕਰਨ ਵਾਲੀ ਪਹਿਲੀ ਪੰਜਾਬੀ ਕਵਿਤਰੀ ਕੌਣ ਹੈ অপਸ਼ਨ ਤੁਹਾਡੇ ਸਾਹਮਣੇ ਆ ਇਸ ਦਾ ਰਾਈਟ ਆਨਸਰ ਹੋ ਜੇਗਾ ਅਮ੍ਰਿਤਾ ਪ੍ਰੀਤਮ ਆਪਸ਼ਨ A ਪੰਜਾਬ ਦਾ ਰੇ ਰੇਖਾਂਸ਼ੀ ਮਧਿਆਨ ਕੀ ਹੈ ਤੇ 73 ਡਿਗਰੀ 55 ਪੂਰਬ ਤੋਂ 76 ਡਿਗਰੀ 50 ਪੂਰਬ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹੈ ਠੀਕ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ ਯਾਦ ਰੱਖਿਓ ਨੈਕਸਟ ਕੁਐਸਚਨ ਆਪਣੇ ਕੋਲ 120 ਓਮੇਗਾ ਦੇ ਪ੍ਰਤੀਰੋਧਕ ਦਾ ਰੰਗ ਕੋਡ ਕੀ ਹੈ 120 ਸੋ ਵੀ ਆਹ ਅਮਰੀਕਾ ਦਾ ਸਾਈਨ ਆ ਮੇਰੇ ਖਿਆਲ ਠੀਕ ਹੈ ਸੋ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੋ ਜੇਗਾ ਆਪਸ਼ਨ ਬੀ ਪੂਰਾ ਲਾਲ ਤੇ ਪੂਰਾ ਠੀਕ ਹੈ ਆਪਸ਼ਨ ਬੀ ਪੂਰਾ ਲਾਲ ਪੂਰਾ ਨੈਕਸਟ ਕੁਐਸਚਨ ਦੇਖਦੇ ਆਪਾਂ ਕਿਹੜਾ ਏ ਇਹਨਾਂ ਵਿੱਚੋਂ ਕਿਹੜੀ ਪ੍ਰਜਾਤੀ ਵਿੱਚ ਇੱਕ ਕੋਸ਼ੀ ਜ਼ੂਰੋਟਿਕ ਜੀਵ ਪਾਈ ਜਾਂਦੇ ਹਨ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਣੇ ਕੋਲ অপਸ਼ਨ ਡੀ ਪ੍ਰੋਟਿਸਟਾ ਨੈਕਸਟ ਕੁਐਸਚਨ ਹੈ ਊਲਾ ਮਹੱਲਾ ਆਮ ਤੌਰ ਤੇ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਊਲਾ ਮਹੱਲਾ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਊਲਾ ਮਹੱਲਾ ਆਮ ਤੌਰ ਤੇ ਮਾਰਚ ਦੇ ਵਿੱਚ ਹੁੰਦਾ ਹੈ ਠੀਕ ਹੈ ਹੋਲੀ ਦੇ ਨਾਲ ਹੀ ਹੁੰਦਾ ਹੋਲਾ ਮੱਲਾ ਮਾਰਚ ਦੇ ਵਿੱਚ ਹੋਲੀ ਹੁੰਦੀ ਹੈ ਤੇ ਹੋਲਾ ਮੱਲਾ ਵੀ ਮਾਰਚ ਦੇ ਵਿੱਚ ਹੁੰਦਾ ਹੈ ਕਈ ਵਾਰ ਇੱਥੇ ਪੁੱਛਿਆ ਜਾ ਸਕਦਾ ਦੇਸੀ ਮਹੀਨਿਆਂ ਦੇ ਨਾਮ ਦਿੱਤੇ ਜਾ ਸਕਦੇ ਆ ਸੋ ਯਾਦ ਰੱਖਿਓ ਫਿਰ ਠੀਕ ਹੈ ਨੀਮਾ ਲਿਖਤ ਵਿੱਚੋਂ ਕਿਹੜਾ ਐਨ ਐਚ ਕਲਕੱਤਾ ਨੂੰ ਬਾਰਾਨਸੀ ਨਾਲ ਜੋੜਦਾ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ ਐਨ ਐਚ 2 অপশন এ नेक्स्ट क्वेश्चन পাঞ্জাবি ভাষা ਦੀ ਲਿਪੀ ਕਿਹੜੀ ਹੈ ਜਿਹੜੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਉਸਾਰੀ ਹੈ রাইਟ ਆਨਸਰ ਹੈ ਗੁਰਮੁਖੀ অপশন C ਅਗਲਾ ਕੁਐਸਚਨ ਸਿੱਖ ਧਰਮ ਦੀ ਪਵਿੱਤਰ ਪੁਸਤਕ ਕਿਹੜੀ ਹੈ ਗੁਰੂ ਗ੍ਰੰਥ ਸਾਹਿਬ অপশন ডি پنجاب ਆਪਣੀ ਸੀਮਾ ਨੂੰ ਭਾਰਤ ਦੇ ਕਿੰਨੇ ਪ੍ਰਦੇਸ਼ਾਂ ਨਾਲ ਸਾਂਝੀ ਕਰਦਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਬਹੁਤ ਪੇਪਰਾਂ ਵਿੱਚ ਆ ਚੁੱਕਿਆ ਹੈ ਫੋਰੈਸਟ ਗਾਰਡ ਦੇ ਪੇਪਰ ਵਿੱਚ ਵੀ ਆਇਆ ਹੋਇਆ ਇਸ ਦਾ ਸਹੀ ਆਨਸਰ ਹੋ ਜਾਏਗਾ ਆਪਣੇ ਕੋਲ 4 ਠੀਕ ਹੈ ਪੰਜਾਬ ਆਪਣੀ ਸੀਮਾ ਕਿੰਨੇ ਪ੍ਰਦੇਸ਼ਾਂ ਨਾਲ ਸਾਂਝੀ ਕਰਦਾ ਹੈ 4 ਠੀਕ ਹੈ ਨੈਕਸਟ ਹੈ ਉਦਾਸੀਨ ਕੋਲ ਦਾ ਪੀ ਐਚ ਮਾਨ ਪਤਾ ਕਰਨ ਲਈ ਨਿਮਨ ਵਿੱਚੋਂ ਕਿਸ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੁਨੀਵਰਸਲ ਇੰਡੀਕੇਟਰ অপਸ਼ਨ ਡੀ ਰਾਈਟ ਆਨਸਰ ਹੋ ਜਾਏਗਾ ਠੀਕ ਹੈ ਯਾਦ ਰੱਖਿਓ ਇੰਪੋਰਟੈਂਟ ਕੁਐਸਚਨ ਹੈ ਨਿਮਨ ਲਿਖਤ ਵਿੱਚੋਂ ਕਿਹੜਾ ਦੇਸ਼ ਪਹਿਲੇ ਵਿਸ਼ਵ ਯੁੱਧ ਵਿੱਚ ਕੇਂਦਰੀ ਤਾਕਤ ਨਾਲ ਜੁੜਿਆ ਹੋਇਆ ਸੀ ਰਾਈਟ ਆਨਸਰ ਹੈ ਤੁਰਕ ਸਮਰਾਜ ਚਾਰਖੰਡ ਦਾ ਚੜੀਆ ਖੇਤਰ ਨੀਮਨ ਲਿਖਤ ਵਿੱਚੋਂ ਕਿਹੜੇ ਖਣਿਜ ਲਈ ਪ੍ਰਸਿੱਧ ਹੈ ਸਯੁਤਰਾ ਕੋਲੇ ਲਈ ਨੀਮਨ ਲਿਖਤ ਵਿੱਚੋਂ ਕਿਸ ਤਰੀਕ ਨੂੰ ਬਾਇਸਰਾਏ ਦੀ ਸੰਧੀ ਤੇ ਸਾਈਨ ਕੀਤੇ ਗਏ ਸਨ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ A 28 ਜੂਨ 1919 ਸਮਾਨ ਆਕਾਰ ਦੇ ਕਰੰਟ ਅਤੇ ਸਮਾਨ ਦਿਸ਼ਾ ਵਾਲੀਆਂ ਦੋ ਸਮਾਨਾਂਤਰ ਤਾਰਾਂ ਇੱਕ ਦੂਜੇ ਨੂੰ ਆਕਰਸ਼ਿਤ ਕਰਦੀਆਂ ਹਨ ਕਿਉਂ ਕਿਉਂ ਕਰਦੀਆਂ ਹੈ অপਸ਼ਨ ਪੜ੍ਹ ਲਓ ਸਾਰੇ ਕਿਉਂਕਿ ਉਹਨਾਂ ਦੇ ਵਿਚਕਾਰ ਚੁੰਬਕੀ ਸ਼ਕਤੀ ਹੁੰਦੀ ਹੈ ਠੀਕ ਹੈ ਚੁੰਬਕੀ ਸ਼ਕਤੀ ਹੋਣ ਦੇ ਕਾਰਨ ਸਮਾਨ ਦਿਸ਼ਾ ਵਾਲੀਆਂ ਦੋ ਸਮਾਨਾਂਤਰ ਤਾਰਾਂ ਇੱਕ ਦੂਜੇ ਨੂੰ ਆਕਰਸ਼ਿਤ ਕਰਦਿਆਂ ਹਨ ਨਿਮਨ ਲਿਖਤ ਵਿੱਚ ਕਿਹੜੇ ਮੈਦਾਨ ਵਿੱਚ ਭਾਰਤ ਛੱਡੋ ਅੰਦੋਲਨ ਦਾ ਮਤਾ ਪਾਸ ਹੋਇਆ ਸੀ ਕਿਹੜੇ ਮੈਦਾਨ ਦੇ ਵਿੱਚ ਇਹ ਮਤਾ ਪਾਸ ਹੋਇਆ ਸੀ ਇਸ ਦਾ ਰਾਈਟ ਆਨਸਰ ਹੋ ਜਾਏਗਾ ਗੋਵਾਲੀਆ ਟੈਂਕ ਮੈਦਾਨ ਆਪਸ਼ਨ ਹੈ ਸੀ ਬੇਕਿੰਗ ਪਾਊਡਰ ਜਾਂ ਸੋਡਾ की है राइट right आंसर हो जाएगा सोडियम हाइड्रोजन कार्बोनेट ऑप्शन ए झग तैरण की प्रक्रिया का उपयोग इस संगणता है इसका राइट आंसर हो जाएगा ऑप्शन बी ਸਲਫਾਈਡ ਕੱਚੀ ਧਾਤ ਦਾ ਉਪਯੋਗ ਕੀਤਾ ਜਾਂਦਾ ਹੈ। ਨੈਕਸਟ ਹੈ ਕੋਸ਼ਿਕਾ ਅੰਗ ਕੀ ਹੁੰਦੇ ਹਨ? ਰਾਈਟ ਆਨਸਰ ਹੋ ਜਾਏਗਾ অপਸ਼ਨ ਡੀ ਯੂਕੇਰੀਓਟਿਕ ਸੈੱਲਾਂ ਵਿੱਚ ਪਾਈ ਜਾਣ ਵਾਲੀ ਸਰਚਨਾ। ਖੇਤਰਫਲ ਦੇ ਆਧਾਰ ਉੱਤੇ ਭਾਰਤ ਪੰਜਾਬ ਵਿੱਚ ਕਿਹੜੇ ਦਰਜੇ ਦੇ ਉੱਤੇ ਆਉਂਦਾ ਹੈ ਭਾਰਤ ਦੇ ਵਿੱਚ ਪੰਜਾਬ ਕਿਹੜੇ ਦਰਜੇ ਦੇ ਉੱਤੇ ਆਉਂਦਾ ਖੇਤਰਫਲ ਦੇ ਹਿਸਾਬ ਨਾਲ 19ਵੇਂ ਦਰਜੇ ਦੇ ਉੱਤੇ ਆਉਂਦਾ ਹੈ অপਸ਼ਨ ਸੀ ਰਾਈਟ ਆਨਸਰ ਹੈ ਬਿਆਸ ਅਤੇ ਚਨਾਬ ਦੀਆਂ ਨਦੀਆਂ ਦੇ ਵਿਚਕਾਰਲੇ ਅਤੇ ਰਾਵੀ ਦੇ ਦੋਹਾਂ ਪਾਸਿਆਂ ਉੱਤੇ ਪੰਜਾਬ ਦੇ ਖੇਤਰ ਨੂੰ ਕੀ ਕਹਿੰਦੇ ਹਨ ਕੀ ਕਹਿੰਦੇ ਆ ਇਸ ਖੇਤਰ ਨੂੰ ਮਾਝਾ অপਸ਼ਨ A ਰਾਈਟ ਆਨਸਰ ਹੋ ਜੇਗਾ ਜੰਮੂ ਕਸ਼ਮੀਰ ਦੇ ਭਾਰਤੀ ਪ੍ਰਦੇਸ਼ਾਂ ਦੁਆਰਾ ਪੰਜਾਬ ਦੀ ਸੀਮਾ ਕਿਸ ਨਾਲ ਮਿਲਦੀ ਹੈ ਕਿਹੜੀ ਦਿਸ਼ਾ ਵੱਧੇ ਵਿੱਚ ਪੰਜਾਬ ਨਾਲ ਜੰਮੂ ਜੰਮੂ ਹੈ ਜਿਹੜਾ ਉਹ ਲੱਗਦਾ ਹੈ ਜੰਮੂ ਐਂਡ ਕਸ਼ਮੀਰ ਉੱਤਰ ਜੰਮੂ ਕਸ਼ਮੀਰ ਕਿਹੜੇ ਪਾਸੇ ਆ ਉੱਤਰ ਦੇ ਪਾਸੇ ਆ ਠੀਕ ਹੈ ਫਾਸੀ ਬਾਦ ਇਨਕਲਾਬ ਸੱਤਾਵਾਦੀ ਰਾਸ਼ਟਰਵਾਦ ਦਾ ਇੱਕ ਰੂਪ ਜੁਰਪ ਵਿੱਚ ਕਦੋਂ ਹੋਂਦ ਵਿੱਚ ਆਇਆ ਇਸ ਦਾ ਰਾਈਟ ਆਨਸਰ ਹੋ ਜਾਏਗਾ 20ਵੀਂ ਸਦੀ ਦੇ ਆਰੰਭ ਦੇ ਵਿੱਚ অপਸ਼ਨ ਏ ਸ਼ਾਵਦਰ ਇਨ ਸੀਡੀ ਦਰਸਾਉਂਦਾ ਹੈ ਕੀ ਦਰਸਾਉਂਦਾ ਹੈ ਰਾਈਟ ਆਨਸਰ ਹੋ ਜਾਏਗਾ অপশন বি চর্বিযুক্ত ভোজন ਦਾ ਆਕਸੀਕਰਨ AC ਨੂੰ DC ਵਿੱਚ ਬਦਲਣ ਲਈ ਕੀ ਚਾਹੀਦਾ ਹੈ ਸਾਰੇ অপਸ਼ਨ ਪੜ੍ਹ ਲਓ ਕੁੱਲੇ மூਬਾਲੇ ਛੱਲੇ ਦਾ ਉਪਯੋਗ ਕੀਤਾ ਜਾਣਾ ਚਾਹੀਦਾ ਹੈ ਠੀਕ ਹੈ ਇਹ ਰਾਈਟ ਆਨਸਰ ਹੋ ਜਾਏਗਾ ਸ਼ਾਰਟ ਸਰਕਟ ਹੋਣ ਵੇਲੇ ਸਰਕਟ ਵਿੱਚਲਾ ਕਰੰਟ ਕੀ ਹੁੰਦਾ ਹੈ ਕਟ ਜਾਂਦਾ ਬਦਲਦਾ ਨਹੀਂ ਜਾਂ ਜਾਦਾ ਵੱਧ ਜਾਂਦਾ ਜਾਂ ਲਗਾਤਾਰ ਬਦਲਦਾ ਹੈ ਰਾਈਟ ਆਨਸਰ ਹੋ ਜੇਗਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ অপਸ਼ਨ ਸੀ proton ਦੁਆਰਾ ਚੁੰਬਕੀ ਖੇਤਰ ਵਿੱਚ ਸਤੰਤਰ ਰੂਪ ਵਿੱਚ ਘੁੰਮਣ ਦੇ ਦੌਰਾਨ ਨਿਮਨ ਵਿੱਚੋਂ ਕਿਹੜਾ ਗੁਣ ਬਦਲ ਸਕਦਾ ਹੈ ਕਿਹੜਾ ਗੁਣ ਬਦਲ ਸਕਦਾ ਹੈ ਬੇਗ অপਸ਼ਨ ਸੀ ਸਰਦਾਰ ਸਰੋਵਰ ਬੰਨ ਕਿਹੜੀ ਨਦੀ ਦੇ ਉੱਤੇ ਬਣਾਇਆ ਗਿਆ ਹੈ ਇਸ ਦਾ ਰਾਈਟ ਆਨਸਰ ਹੋ ਜੇਗਾ ਨਰਮਦਾ ਨਦੀ ਦੇ ਉੱਤੇ ਸਰਦਾਰ ਸਰੋਵਰ ਹੈ ਜਿਹੜਾ ਬੰਨ ਉਹ ਬਣਾਇਆ ਗਿਆ ਹੈ ਠੀਕ ਹੈ ਰਾਈਟ ਆਨਸਰ ਹੋ ਜੇਗਾ ਨਰਮਦਾ ਨਦੀ ਠੀਕ ਹੈ ਟੈਲੀਗ੍ਰam ਸਾਰੇ ਜਣੇ ਜੁਆਇਨ ਕਰ ਲਓ ਉਸ ਦੇ ਉੱਤੇ ਇੱਕ ਸਪੈਸ਼ਲ ਗਰੁੱਪ ਮੈਂ ਬਣਾਇਆ ਹੋਇਆ ਫੋਰੈਸਟ ਗਾਰਡ ਵਾਲਿਆਂ ਲਈ ਠੀਕ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਸਭ ਤੋਂ ਪਹਿਲਾਂ ਤੁਸੀਂ ਜੀਕੇ ਫੈਕਟਸ ਸਰਚ ਕਰ ਲਓ ਟੈਲੀਗ੍ਰam ਦੇ ਉੱਤੇ ਠੀਕ ਹੈ ਉੱਥੇ ਜਾ ਕੇ ਤੁਹਾਨੂੰ ਆ ਜਿਹੜਾ ਸਪੈਸ਼ਲ ਗਰੁੱਪ ਹੈ ਇਸ ਦਾ ਲਿੰਕ ਮਿਲ ਜੇਗਾ ਠੀਕ ਹੈ ਇਹ ਤੁਸੀਂ ਜੁਆਇਨ ਕਰ ਲਿਓ ਬਾਨਗਾਰਡ 2022 ਦੇ ਨਾਮ ਨਾਲ ਇਹ ਗਰੁੱਪ ਬਣਾਇਆ ਗਿਆ ਹੈ ਇਸ ਦੇ ਵਿੱਚ ਸਿਰਫ ਉਹ ਹੀ ਮੈਂਬਰ ਐਡ ਹੋਣ ਜਿਨ੍ਹਾਂ ਨੇ ਬਾਨਗਾਰਡ ਦਾ ਪੇਪਰ ਦੇਣਾ ਹੈ ਇੱਥੇ ਤੁਹਾਨੂੰ ਪੇਪਰ ਨਾਲ ਰਿਲੇਟਡ ਜਾਣਕਾਰੀ ਸਮੇਂ-ਸਮੇਂ ਤੇ ਸਭ ਤੋਂ ਪਹਿਲਾਂ ਮਿਲੇਗੀ ਠੀਕ ਹੈ ਦੋਨੇ ਗਰੁੱਪ ਜੁਆਇਨ ਕਰ ਲਿਓ ਸਭ ਤੋਂ ਪਹਿਲਾਂ ਜੀਕੇ ਫੈਕਟਸ ਉਸ ਤੋਂ ਬਾਅਦ ਬਨਗਾਰਡ 2022 ਇਹ ਵੀ ਤੁਸੀਂ ਸਰਚ ਕਰ ਸਕਦੇ ਹੋ ਠੀਕ ਹੈ ਬਾਕੀ ਇਹ 50 ਇੰਪੋਰਟੈਂਟ ਕੁਐਸਚਨ ਸੀ ਜੋ ਪ੍ਰੀਵੀਅਸ ਪੇਪਰ ਵਿੱਚ ਆਏ ਸੀ ਇਹਨਾਂ ਵਿੱਚੋਂ ਹੋ ਸਕਦਾ ਕੋਈ ਕੁਐਸਚਨ ਮਿਲਦਾ ਜੁਲਦਾ ਆ ਜਾਏ ਠੀਕ ਹੈ ਜਾਂ ਫਿਰ ਰਿਪੀਟ ਹੋ ਜਾਏ ਪਰ ਇਸ ਵਾਰ ਸਿਲੇਬਸ ਦੇ ਵਿੱਚ ਕਾਫੀ ਫਰਕ ਹੈ ਪਹਿਲਾਂ ਨਾਲੋਂ ਠੀਕ ਹੈ ਸੋ ਉਸ ਦੇ ਅਕੋਰਡਿੰਗ ਤੁਹਾਡੀ ਤਿਆਰੀ ਇਸ ਚੈਨਲ ਦੇ ਉੱਤੇ ਚੱਲ ਰਹੀ ਹੈ ਪਲੇਲਿਸਟ ਵਿੱਚ ਜਾ ਕੇ ਸਾਰੀਆਂ ਵੀਡੀਓਜ਼ ਦੇਖ ਲਿਓ